ਚਾਹੀਦਾ। ਉਹਨਾਂ ਨੂੰ ਦਰਖਾਸਤ ਪੇਸ਼ ਕਰਨ ਤੋਂ ਪਹਿਲੇ ਉਹਨਾਂ ਦੇ ਹੁਕਮ ਦੀ ਤਾਮੀਲ ਕਰਦਿਆਂ ਹੋਇਆ ਇੱਕ ਦੋੜਾ, ਇਹ ਦੋੜਾ ਮੈਂ ਆਪਦਾ ਨਹੀਂ ਸੁਣਾਉ ਬਲਕਿ ਤਾਜ ਸਾਹਿਬ ਦਾ ਦੋੜਾ ਲਿਖਿਆ ਹੋਇਆ ਜੰਗ ਦੇ ਸ਼ਾਇਰ ਦਾ। ਹੁਣ ਜੱਟਿਆਂ ਹੀ ਅਥਰੂ ਸੁੱਕਦੇ ਨਹੀਂ, ਸਿਹਤ ਨਿਵਾਣ ਹੋ ਗਈ ਹੈ। ਹੁਣ ਜੱਟਿਆਂ ਹੀ ਅਥਰੂ ਸੁੱਕਦੇ ਨਹੀਂ, ਇੰਜ ਸਿਹਤ ਨਿਵਾਣ ਹੋ ਗਈ ਏ, ਜਲ ਜਲ ਕੇ ਬਾਰਿਸ਼ ਗਮੀਆਂ ਦੀ ਉੱਕਾ ਖਸਤਾ ਵਾਣ ਹੋ ਗਈ ਏ। ਮੇਰੀ ਦੀਗਰ ਵੇ ਬਾ ਕਿਸਮਤ, ਗੁਰਬਤ ਪਹਿਚਾਣ ਹੋ ਗਈ ਏ, 30 ਸਾਲ ਪਏ ਹੁੰਦਨ ਤਾਜ ਦੇ ਬਾਣੇ, ਹਰ ਈਦ ਮੁਕਾਣ ਹੋ ਗਈ ਏ। ਮੈਂ ਤੁਰਿਆ ਵਕਤ ਦੇ ਕਾਫਲੇ ਲੈ ਕੇ, ਖੁਦ ਘਰ ਜ਼ਮਰਾ ਹੀ ਥੀ ਗਏ, ਅੱਧ ਰਾਤ ਲਈ ਵਕਤ ਦੇ ਚਾਨਣ ਵਿੱਚ ਡਾਢੇ ਖੁਸ਼ ਖੁਸ਼ ਸਫ਼ਰ ਕੱਟੀ ਗਏ, ਗੁੱਲੇ ਜੱਖੜ ਫਿਦਾ ਮਜਬੂਰੀਆਂ ਦੇ, ਸੱਜਣਾ ਦੇ ਰੁੱਖ ਬਦਲੀ ਗਏ, ਮੁੜ ਤੰਗ ਹਾਲਾਤ ਦੇ ਜੰਗਲਾਂ ਵਿੱਚ ਮੈਥੋਂ ਮੁੱਢ ਦੇ ਸੱਜਣ ਖੜੀ ਗਏ। ਤਸ਼ਰੀਫ ਲਿਆਉਂਦੇ ਨੇ ਟੈਲੀਫੋਨ ਤੋਂ ਬਾਅਦ, ਸਾਲਾਰ ਜਫਾ ਦੇ ਜਦਾਂ ਕੀਤੀ ਅਮਨ ਚੜਾਈ, ਹਰ ਦੁੱਖ ਦੇ ਹੱਥ ਚਲਮ ਜਫਾ ਦਾ, ਮੇਰੇ ਬਖਤਾਂ ਨਾਲ ਲੜਾਈ, ਜੰਗ ਜਿੱਤ ਕੇ ਜਦਾਂ ਫਿਦਾ ਵਰਤੇ, ਪਿਛਾ ਛੱਡ ਗਏ ਸ਼ੈਨਾ ਕਾਈ, ਮੋਏ ਸੁੱਖਾਂ ਦੇ ਹੇਠ ਦਬੀ ਕੇ ਬਚ ਗਏ, ਇੱਕ ਮੈਂ ਤੇ ਇੱਕ ਤਨਹਾਈ। ਵੱਡੀਆਂ ਭਰਪੂਰ ਤਾੜੀਆਂ ਜਨਾਬ ਫੈਜ਼ ਅਹਿਮਦ ਸ਼ੇਖ, ਜਨਾਬ ਫੈਜ਼ ਅਹਿਮਦ ਸ਼ੇਖ। ਭਾਈ ਵਿਸ਼ੇ ਤੇ ਬੜੀ ਮਿਹਰਬਾਨੀ ਹੋਣਾ, ਬਹੁਤ ਖੂਬ ਗਾਇਆ, ਅਸੀਂ ਇਹਨਾਂ ਦਾ ਦਿੰਦੇ ਹਾਂ। ਅੱਲਾ ਇਹਨਾਂ ਦੇ ਕਲਾਮ ਆਵਾਜ਼ ਵਿੱਚ ਬਰਕਤ ਪਾਓ। Ah
Thank you.